बीजेपी ज्वाइन करन तो बाद आज पहली बार बीजेपी दी वड्डी मीटिंग दे विच साबका डीजीपी एसएस विर्क नजर आए। दाजी की आज चंडीगढ़ दे विच बीजेपी दे वल्लों बैठक कीती गई सी। बीजेपी दी चुनाव कमेटी दे वल्लों चंडीगढ़ दे विच बैठक कीती गई सी जिस विच मंत्री गजेंद्र शेखावत, पंजाब बीजेपी प्रधान अश्विनी शर्मा अते कई वड्डे बीजेपी लीडर मौजूद सन। तां इसे दौरान एसएस विर्क भी उत्थे मौजूद सन जिन्हां ने बीजेपी दी इस मीटिंग दे विच शमूलियत कीती। दाजी की पिछले महीने ही एसएस विर्क बीजेपी दे विच शामिल होए सन। ये तस्वीरां चंडीगढ़ बीजेपी दफ्तर दियां ने जिथे टिकटां नूं लैके अज मंथन कीता जा रहा सी। इस मौके एसएस विर्क भी उत्थे नजर आए। दसदी कि एसएस विर्क नूं पद्म श्री तक नाल सन्मानित कीता जा चुका है। दसदी कि पिछले महीने ही वह बीजेपी दे विच शामिल होए सन। खुद पंजाब चोण प्रभारी गजेंद्र शेखावत ने उन्हां नूं पार्टी दे विच ज्वाइन करवाया सी। ते अज चंडीगढ़ दे विच रखी पार्टी दी वड्डी मीटिंग दे विच भी एसएस विर्क नजर आए। गजेंद्र शेखावत भी उन्हां दे नाल सन। अश्विनी शर्मा ते कई वड्डे बीजेपी ਲੀਡਰਾਂ ਦੇ ਨਾਲ ਐਸਐਸ ਵਿਰਕ ਨਜ਼ਰ ਆਏ। ਬੀਜੇਪੀ ਜੁਆਇਨ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਬੀਜੇਪੀ ਦੀ ਵੱਡੀ ਮੀਟਿੰਗ ਦੇ ਵਿੱਚ ਸਾਬਕਾ ਡੀਜੀਪੀ ਐਸਐਸ ਵਿਰਕ ਨਜ਼ਰ ਆਏ। ਦੱਸਦੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਵੱਲੋਂ ਬੈਠਕ ਕੀਤੀ ਗਈ ਸੀ। ਬੀਜੇਪੀ ਦੀ ਚੋਣਾਵ ਕਮੇਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ ਗਈ ਸੀ ਜਿਸ ਵਿੱਚ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਈ ਵੱਡੇ ਬੀਜੇਪੀ ਲੀਡਰ ਮੌਜੂਦ ਸਨ। ਤਾਂ ਇਸੇ ਦੌਰਾਨ ਐਸਐਸ ਵਿਰਕ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਬੀਜੇਪੀ ਦੀ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ। ਦੱਸਦੇ ਕਿ ਪਿਛਲੇ ਮਹੀਨੇ ਹੀ ਐਸਐਸ ਵਿਰਕ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ। ਇਹ ਤਸਵੀਰਾਂ ਚੰਡੀਗੜ੍ਹ ਬੀਜੇਪੀ ਦਫ਼ਤਰ ਦੀਆਂ ਨੇ ਜਿੱਥੇ ਟਿਕਟਾਂ ਨੂੰ ਲੈ ਕੇ ਅੱਜ ਮੰਥਨ ਕੀਤਾ ਜਾ ਰਿਹਾ ਸੀ। ਇਸੇ ਮੌਕੇ ਐਸਐਸ ਵਿਰਕ ਵੀ ਉੱਥੇ ਨਜ਼ਰ ਆਏ। ਦੱਸਦੇ ਕਿ ਐਸਐਸ ਵਿਰਕ ਨੂੰ ਪਦਮ ਸ਼੍ਰੀ ਤੱਕ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੱਸਦੇ ਕਿ ਪਿਛਲੇ ਮਹੀਨੇ ਹੀ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ। ਖੁਦ ਪੰਜਾਬ ਚੋਣ ਪ੍ਰਭਾਰੀ ਗਜੇਂਦਰ ਸ਼ੇਖਾਵਤ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਸੀ। ਤੇ ਅੱਜ ਚੰਡੀਗੜ੍ਹ ਦੇ ਵਿੱਚ ਰੱਖੀ ਪਾਰਟੀ ਦੀ ਵੱਡੀ ਮੀਟਿੰਗ ਦੇ ਵਿੱਚ ਵੀ ਐਸਐਸ ਵਿਰਕ ਨਜ਼ਰ ਆਏ। ਗਜੇਂਦਰ ਸ਼ੇਖਾਵਤ ਵੀ ਉਹਨਾਂ ਦੇ ਨਾਲ ਸਨ। ਅਸ਼ਵਨੀ ਸ਼ਰਮਾ ਤੇ ਕਈ ਵੱਡੇ ਬੀਜੇਪੀ ਲੀਡਰਾਂ ਦੇ ਨਾਲ ਐਸਐਸ ਵਿਰਕ ਨਜ਼ਰ ਆਏ। ਬੀਜੇਪੀ ਜੁਆਇਨ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਬੀਜੇਪੀ ਦੀ ਵੱਡੀ ਮੀਟਿੰਗ ਦੇ ਵਿੱਚ ਸਾਬਕਾ ਡੀਜੀਪੀ ਐਸਐਸ ਵਿਰਕ ਨਜ਼ਰ ਆਏ। ਦੱਸਦੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਵੱਲੋਂ ਬੈਠਕ ਕੀਤੀ ਗਈ ਸੀ। ਬੀਜੇਪੀ ਦੀ ਚੋਣਾਵ ਕਮੇਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ ਗਈ ਸੀ ਜਿਸ ਵਿੱਚ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਈ ਵੱਡੇ ਬੀਜੇਪੀ ਲੀਡਰ ਮੌਜੂਦ ਸਨ। ਤਾਂ ਇਸੇ ਦੌਰਾਨ ਐਸਐਸ ਵਿਰਕ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਬੀਜੇਪੀ ਦੀ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ। ਦੱਸਦੇ ਕਿ ਪਿਛਲੇ ਮਹੀਨੇ ਹੀ ਐਸਐਸ ਵਿਰਕ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ। ਇਹ ਤਸਵੀਰਾਂ ਚੰਡੀਗੜ੍ਹ ਬੀਜੇਪੀ ਦਫ਼ਤਰ ਦੀਆਂ ਨੇ ਜਿੱਥੇ ਟਿਕਟਾਂ ਨੂੰ ਲੈ ਕੇ ਅੱਜ ਮੰਥਨ ਕੀਤਾ ਜਾ ਰਿਹਾ ਸੀ। ਇਸੇ ਮੌਕੇ ਐਸਐਸ ਵਿਰਕ ਵੀ ਉੱਥੇ ਨਜ਼ਰ ਆਏ। ਦੱਸਦੇ ਕਿ ਐਸਐਸ ਵਿਰਕ ਨੂੰ ਪਦਮ ਸ਼੍ਰੀ ਤੱਕ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੱਸਦੇ ਕਿ ਪਿਛਲੇ ਮਹੀਨੇ ਹੀ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ। ਖੁਦ ਪੰਜਾਬ ਚੋਣ ਪ੍ਰਭਾਰੀ ਗਜੇਂਦਰ ਸ਼ੇਖਾਵਤ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਸੀ। ਤੇ ਅੱਜ ਚੰਡੀਗੜ੍ਹ ਦੇ ਵਿੱਚ ਰੱਖੀ ਪਾਰਟੀ ਦੀ ਵੱਡੀ ਮੀਟਿੰਗ ਦੇ ਵਿੱਚ ਵੀ ਐਸਐਸ ਵਿਰਕ ਨਜ਼ਰ ਆਏ। ਗਜੇਂਦਰ ਸ਼ੇਖਾਵਤ ਵੀ ਉਹਨਾਂ ਦੇ ਨਾਲ ਸਨ। ਅਸ਼ਵਨੀ ਸ਼ਰਮਾ ਤੇ ਕਈ ਵੱਡੇ ਬੀਜੇਪੀ ਲੀਡਰਾਂ ਦੇ ਨਾਲ ਐਸਐਸ ਵਿਰਕ ਨਜ਼ਰ ਆਏ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਵਰਲਡ ਫੇਮਸ ਬਾਬਾ ਸਲੀਮ ਖਾਨ, ਇੱਕੀ ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਨਪਨ, ਜਾਂ ਦੁਟੋਨਾ, ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98-199-37-467। अलीशा बेगम, ना कोई चैलेंज, ना कोई इनाम, सिर्फ काम को सलाम। वशीकरण करवाना हो या तुड़वाना हो, प्यार में धोखा, शादी के लिए माँ बाप का ना मानना, काम वही जो सर चढ़कर बोले, इधर उधर ना भटके, दुआ भी तकदीर बदल सकती है, सोचने से नहीं फोन करने से दुख दूर होंगे, झूठे और मीठे बनकर लूटने वालों से सावधान, हर समस्या का समाधान 3 दिनों में किया जाता है। अगर आपकी किस्मत में लॉटरी है तो इसे कैसे हासिल करें? सुपर स्पेशलिस्ट, पति पत्नी में अनबन, प्रेम विवाह, नौकरी, कारोबार में रुकावट, कोर्ट केस, तलाक केस, सौतन दुश्मन से छुटकारा, लॉटरी, सट्टा नंबर, वशीकरण करवाना ये तुड़वाना, बीमारी में दवा ना लगना। अलीशा बेगम,